ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੋਸਤ ਗੁਰਿੰਦਰ ਸਿੰਘ। ਵੈਲਕਮ ਬੈਕ ਟੂ ਮਾਈ ਅਨਦਰ ਐਪੀਸੋਡ ਐਟ ਸਰਦਾਰੇ ਪਟਿਆਲਾ ਸ਼ੇ। ਦੋਸਤੋ, ਅੱਜ ਅਸੀਂ ਚੱਲੇ ਹਾਂ ਜੈਪੁਰ ਪਿੰਕ ਸਿਟੀ ਦੇ ਵਿੱਚ। ਸਾਡੀ ਜਿਹੜੀ ਕਾਰ ਹੈ ਫੁੱਲ ਲੋਡਿਡ ਹੈ ਇਸ ਟਾਈਮ ਫਿਊਲ ਦੇ ਨਾਲ। ਮੋਰਨਿੰਗ ਦੇ 7:30 ਦਾ ਟਾਈਮ ਹੈ, ਸਾਡਾ ਸ਼ੂਟ ਹੈ ਜੈਪੁਰ ਦੇ ਵਿੱਚ। ਅਤੇ ਮੈਂ ਫਸਟ ਟਾਈਮ ਆਪਣੇ ਚੈਨਲ ਦੇ ਉੱਤੇ, ਪੱਗਾਂ ਦੇ ਚੈਨਲ ਦੇ ਉੱਤੇ ਇੱਕ ਵਲੋਗਿੰਗ ਕਰ ਰਹੇ ਹਾਂ ਜੈਪੁਰ ਦੀ। ਅਤੇ ਸਾਡੀ ਜਿਹੜੀ ਹੋਟਲ ਦੀ ਬੁਕਿੰਗ ਹੈ ਪਰਲ ਪੈਲਸ ਹੋਟਲ ਹੈਰੀਟੇਜ, ਇਸਦਾ ਜਿਹੜਾ ਰਿਵਿਊ ਹੈ ਅਸੀਂ ਰਿਵਿਊ ਦੇਖਿਆ, ਬਹੁਤ ਹੀ ਵਧੀਆ ਰਿਵਿਊ ਹੈ ਇਹ ਹੋਟਲ ਦੇ ਵਿੱਚ। ਦੇਖਦੇ ਹਾਂ ਕਿੱਦਾਂ ਇਹ ਆਪਣੇ ਗੈਸਟ ਨੂੰ ਵਧੀਆ ਤਰੀਕੇ ਨਾਲ ਅਟੈਂਡ ਕਰਦੇ ਹਾਂ। ਅਤੇ ਜੈਪੁਰ ਦੀ ਸ਼ੂਟ ਦੇ ਨਾਲ ਨਾਲ ਮੈਂ ਪ੍ਰੋਪਰਲੀ ਵਲੋਗਿੰਗ ਕਰਾਂਗਾ। ਅਤੇ ਅੱਜ ਆਪਾਂ ਤੁਹਾਨੂੰ ਪੂਰਾ ਟੂਰ ਕਰਾਉਂਦੇ ਹਾਂ ਜੈਪੁਰ ਦਾ, ਅਤੇ ਕਿੱਦਾਂ ਦੀ ਉੱਥੇ ਸਰਵਿਸ ਹੈ। ਜਿੰਨਾ ਕਿ ਮੈਂ ਸੁਣਿਆ ਜੈਪੁਰ ਬਹੁਤ ਹੀ ਵਧੀਆ ਸ਼ਹਿਰ ਹੈ ਅਤੇ ਬਹੁਤ ਹੀ ਕਈ ਕਿਲੇ ਹੈ ਜੈਪੁਰ ਦੇ ਵਿੱਚ। ਅਤੇ ਆਪਾਂ ਦੇਖਦੇ ਹਾਂ ਜੈਪੁਰ ਦੇ ਵਿੱਚ ਕੀ ਐਂਟੀਕ ਚੀਜ਼ਾਂ ਨੇ, ਕਿੱਦਾਂ ਦਾ ਉੱਥੇ ਦਾ ਕਲਚਰ ਹੈ, ਕੀ ਚੀਜ਼ਾਂ ਨੂੰ ਸਮਝਦੇ ਹਾਂ, ਦੇਖਦੇ ਹਾਂ। ਆਓ ਮੇਰੇ ਨਾਲ। ਹਾਂਜੀ ਦੋਸਤੋ, ਆਪਾਂ ਹੁਣ ਚੱਲਦੇ ਪਏ ਹਾਂ। ਅੱਗੇ ਜਾ ਕੇ ਆਪਾਂ ਨੂੰ ਜੈਪੁਰ ਦਾ ਹਾਈਵੇ ਮਿਲੇਗਾ। ਆਪਣੀ ਕਾਰ ਦੇ ਵਿੱਚ ਸਾਰੇ ਫਰੂਟਸ, ਨਟਸ, ਆਪਣੇ ਪ੍ਰੋਟੀਨ ਸ਼ੇਕ, ਐਵਰੀਥਿੰਗ ਅਸੀਂ ਆਪਣੇ ਨਾਲ ਲਈ ਕੈਰੀ ਕਰਕੇ ਜਾ ਰਹੇ ਹਾਂ। ਅਤੇ ਉਹ ਸਿੱਧਾ ਆਪਾਂ ਜੈਪੁਰ ਆਈ ਥਿੰਕ 4:30 ਤੋਂ 4:30 to 5 PM ਆਪਾਂ ਪਹੁੰਚ ਜਾਂਗੇ। ਕਾਫੀ ਮੈਂ ਐਕਸਾਈਟਡ ਹਾਂ ਜੈਪੁਰ ਦੇ ਸਾਰੇ ਵਿਊਜ਼ ਨੂੰ ਦੇਖਣ ਲਈ, ਚੈੱਕ ਕਰਨ ਲਈ। ਬਣੇ ਰਹੋ ਮੇਰੇ ਨਾਲ ਚੈਨਲ ਦੇ ਉੱਤੇ। ਦੋਸਤੋ, ਇੱਕ ਮੈਨੂੰ ਵੱਖਰੀ ਜਿਹੀ ਐਕਸਾਈਟਮੈਂਟ ਹੈ, ਇੱਕ ਡਿਫਰੈਂਟ ਜਿਹਾ ਇੱਕ ਫੀਲ ਆ ਰਹੀ ਹੈ ਵੀ ਜੈਪੁਰ ਕਿੱਦਾਂ ਦਾ ਹੋਏਗਾ। ਜਿੱਦਾਂ ਦੀ ਉਹ ਮੈਂ ਵੀਡੀਓਜ਼ ਦੇਖੀਆਂ, ਉਹਦੇ ਕਿਲੇ, ਯੋਧਾ ਅਕਬਰ ਮੂਵੀਜ਼ ਹੋਈਆਂ, ਦੇਖ ਕੇ ਇੱਕ ਡਿਫਰੈਂਟ ਐਕਸਾਈਟਮੈਂਟ ਆ। ਸੋ ਤੁਸੀਂ ਸਾਰੀ ਅੱਜ ਦੀ ਵੀਡੀਓ ਨੂੰ ਪ੍ਰੋਪਰਲੀ ਦੇਖਣਾ, ਕੋਈ ਵੀ ਚੀਜ਼ ਮਿਸ ਨਹੀਂ ਕਰਨੀ, ਕਿਉਂਕਿ ਅੱਗੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਇਸ ਚੈਨਲ ਦੇ ਉੱਤੇ ਤੁਹਾਨੂੰ ਫਸਟ ਟਾਈਮ ਵਲੋਗਿੰਗ ਦੇਖਣ ਨੂੰ ਮਿਲ ਰਹੀ ਹੈ, ਬਣੇ ਰਹੋ ਸਾਡੇ ਚੈਨਲ ਦੇ। ਜੇਕਰ ਤੁਸੀਂ ਅਬਰੋਡ ਤੋਂ ਆ ਰਹੇ ਹੋ ਤਾਂ ਦਿੱਲੀ ਟੂ ਜੈਪੁਰ ਦਾ ਏਅਰਪੋਰਟ ਹੈਗਾ, ਕਾਰ ਦੇ ਨਾਲ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਟਾਰਟਿੰਗ ਦੇ ਵਿੱਚ ਅਰਾਵਲ ਹਿਲਸ ਦੀ ਜਿਹੜੀ ਬਿਊਟੀ ਹੈ ਬਹੁਤ ਹੀ ਸੋਹਣੀ ਹੈ। ਜੈਪੁਰ ਅਸੀਂ ਪਿੰਕ ਸਿਟੀ ਦੇ ਵਿੱਚ ਪਹੁੰਚ ਚੁੱਕੇ ਹਾਂ। ਬਹੁਤ ਹੀ ਖੂਬਸੂਰਤ, ਬੜੀ ਹੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਪਿੰਕ ਸਿਟੀ। 1727 ਈਅਰ ਦੇ ਵਿੱਚ ਇਹ ਬਣੀ, ਮਹਾਰਾਜਾ ਜੈ ਸਿੰਘ ਜੀ ਨੇ ਇਹਨੂੰ ਨਿਰਮਾਣ ਕਰਵਾਇਆ। ਇਹਦੀ ਹਰ ਇੱਕ ਵਾਲ ਤੁਹਾਨੂੰ ਕੁਛ ਨਾ ਕੁਛ ਥੀਮ ਤੁਹਾਨੂੰ ਦਿਖੇਗੀ। ਵਿਦਿਆ ਭੱਟਾਚਾਰਿਆ ਨੇ ਇਹਨੂੰ ਵਧੀਆ ਮਾਡਰਨ ਤਰੀਕੇ ਨਾਲ ਡਿਜ਼ਾਈਨ ਕਰਵਾਇਆ ਸੀ। ਇੰਡੀਆ ਦੀ ਸਭ ਤੋਂ ਲਾਰਜੈਸਟ ਸਿਟੀ ਰਾਜਸਥਾਨ, ਰਾਜਸਥਾਨ ਦੇ ਵਿੱਚ ਜੈਪੁਰ ਇਸ ਦੀ ਕੈਪੀਟਲ ਸਿਟੀ ਹੈ। ਅਤੇ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਵੈਨਿਊ ਦੇ ਉੱਤੇ, ਪਰਲ ਪੈਲਸ ਹੋਟਲ ਹੈਰੀਟੇਜ ਦੇ ਵਿੱਚ। ਅਤੇ ਮੈਂ ਆਪਣੇ ਲਗੇਜ ਨੂੰ ਲਿਖ ਕੇ ਆਪਣੇ ਐਂਟਰੀ ਕਰਵਾਉਣਾ, ਆਪਣਾ ਰੂਮ ਜਿਹੜਾ ਮੈਂ ਬੁੱਕ ਕੀਤਾ, ਮੈਂ ਆਪਣੇ ਰੂਮ ਚੈੱਕ ਕਰਦਾ। ਇਹਦੀ ਐਂਟਰੈਂਸ ਬਹੁਤ ਸੋਹਣੀ ਆ, ਇਹਦਾ ਵਿਊ ਬਹੁਤ ਸੋਹਣਾ। ਅਤੇ ਆਪਾਂ ਹੁਣ ਰੂਮ ਲੈ ਕੇ ਦੇਖਦੇ ਅੰਦਰ ਦੇ ਰੂਮਸ ਕਿੱਦਾਂ ਦੇ ਨੇ। ਬਹੁਤ ਹੀ ਕੋਆਪਰੇਟਿਵ ਇਹਨਾਂ ਦੇ ਇੰਪਲੋਈਸ ਨੇ, ਬਹੁਤ ਅੱਛਾ ਲੱਗਿਆ ਮੈਨੂੰ। ਉੱਪਰ ਜਾ ਕੇ ਦੇਖਦੇ ਹਾਂ ਕਿੱਦਾਂ ਦੇ ਰੂਮਸ ਹੈ। ਪਰ ਜੋ ਉਰੇ ਮੈਂ ਕਲਾਕਾਰੀ, ਜੋ ਮੀਨਾਕਾਰੀ ਦੇਖੀ ਹੈ ਇਹਨਾਂ ਦੀ ਵਾਲਸ ਦੇ ਉੱਤੇ, ਬਹੁਤ ਸੋਹਣੀ ਲੱਗੀ। ਰੂਮਸ ਬਹੁਤ ਹੀ ਜ਼ਿਆਦਾ ਵਧੀਆ, ਲਾਜਵਾਬ ਨੇ। ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਵਰਕ ਹੈ ਬੜਾ ਹੀ ਨੀਟ ਐਂਡ ਕਲੀਨ ਹੈ। ਜੋ ਕਾਰੀਗਰ ਮੈਂ ਆਈ ਥਿੰਕ ਸੋ ਜੈਪੁਰ ਦੇ ਵਿੱਚ ਹੀ ਹੋਣਗੇ, ਮੈਂ ਪੰਜਾਬ ਸਾਈਡ ਨਹੀਂ ਦੇਖੇ ਕਾਰੀਗਰ ਇੱਦਾਂ ਦੇ, ਜੋ ਇਹਨਾਂ ਦਾ ਵਰਕ ਹੈ। ਹਰ ਇੱਕ ਰੂਮ ਦੇ ਵਿੱਚ ਇਹਨਾਂ ਨੇ ਇੱਕ ਡਿਫਰੈਂਟ ਥੀਮ ਬਣਾਈ ਹੈ। ਇੰਡੀਆ ਦੇ ਵਿੱਚ ਜਿੰਨੇ ਕਲਚਰਸ ਹੈ ਉਹਦੇ ਅਕੋਰਡਿੰਗ ਡਿਫਰੈਂਟ ਡਿਫਰੈਂਟ ਇਹਨਾਂ ਨੇ ਰੂਮਸ ਦੀ ਥੀਮ ਹੈ। ਕੋਈ ਵੀ ਰੂਮ ਸੇਮ ਨਹੀਂ ਹੈ, ਸਾਰੇ ਡਿਫਰੈਂਟ ਹੈ। ਇਹ ਮੈਨੂੰ ਬਹੁਤ ਹੀ ਡਿਫਰੈਂਟ ਲੱਗਿਆ ਇਸ ਹੋਟਲ ਦੇ ਵਿੱਚ ਆ ਕੇ। ਰੂਮ ਸਾਰੇ ਬਹੁਤ ਸੋਹਣੇ ਸੀਗੇ। ਅਤੇ ਲਾਸਟ ਦੇ ਵਿੱਚ ਜਿਹੜਾ ਮੈਂ ਰੂਮ ਸਿਲੈਕਟ ਕੀਤਾ ਉਹਦੀ ਪਿਕਸ ਦੇਖ ਕੇ, ਅਤੇ ਆਪਾਂ ਹੁਣ ਦੇਖੀਏ ਆਪਣਾ ਰੂਮ ਕਿੱਦਾਂ ਦਾ। ਲਾਈਟ ਔਨ ਕਰੀਏ। ਵਾਓ, ਰੂਮ ਦੀ ਲੁੱਕ ਟੋਟਲੀ ਡਿਫਰੈਂਟ ਹੈ ਕਸ਼ਮੀਰ ਸਾਈਡ ਦੇ। ਥਕਾਵਟ ਕਾਫੀ ਜ਼ਿਆਦਾ ਹੋਈ ਸੀ, ਬਟ ਰੂਮ ਨੂੰ ਦੇਖ ਕੇ ਥਕਾਵਟ ਮੇਰੀ ਘੱਟ ਗਈ ਹੈ। ਰੂਮਸ ਇਹਨਾਂ ਦੇ ਬਹੁਤ ਅੱਛੇ ਹੈ, ਬਹੁਤ ਹੀ ਸੋਹਣੇ ਹੈ। ਬਹੁਤ ਹੀ ਪਿਆਰ ਨਾਲ ਇੱਕ ਥੀਮ ਬਣਾਈ ਗਈ ਹੈ ਹਰ ਇੱਕ ਰੂਮ ਦੇ ਵਿੱਚ। ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ, ਡਿਨਰ ਨੂੰ ਔਡਰ ਕਰੀਏ, ਆਪਾਂ ਡਿਨਰ ਮੰਗਾਈਏ। ਅਤੇ ਮੈਨਿਊ ਬਹੁਤ ਸੋਹਣਾ, ਜਦ ਤੱਕ ਆਪਣਾ ਡਿਨਰ ਆਉਂਦਾ ਉਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਫਰੈਸ਼ ਹੋ ਜਾਈਏ। ਫੈਸਿਲਿਟੀ ਬਹੁਤ ਸੋਹਣੀ ਦਿੱਤੀ ਹੋਈ ਹੈ ਇਹਨਾਂ ਨੇ,
ਕਾਫੀ ਜ਼ਿਆਦਾ ਥੱਕ ਗਏ ਸੀਗੇ। 7 hours ਦੀ ਜਿਹੜੀ ਡਰਾਈਵ ਹੈ ਕਾਫੀ ਟਾਈਟ ਕਰ ਦਿੰਦੀ ਹੈ ਨੌਨ ਸਟੋਪ ਜਦੋਂ ਆਪਾਂ ਚੱਲਦੇ ਹਾਂ। ਫਰੈਸ਼ ਹੋ ਕੇ ਪੱਗ ਥੋੜ੍ਹੀ ਸੈੱਟ ਕਰ ਲਈਏ, ਥੋੜ੍ਹਾ ਜਾ ਜਾਂਦੇ ਹਾਂ, ਫਲੈਕਸ ਕਰ ਲਈਏ ਬਾਈਸੈਪਸ ਨੂੰ। ਡਿਨਰ ਆ ਗਿਆ ਆਪਣਾ, ਵਰਾਇਟੀ ਇਹਨਾਂ ਕੋਲ ਬਹੁਤ ਜ਼ਿਆਦਾ ਸੋਹਣੀ ਹੈ, ਹਰ ਇੱਕ ਤਰ੍ਹਾਂ ਦਾ, ਚਾਈਨੀਜ਼, ਰਸ਼ੀਅਨ, ਅਮੈਰੀਕਨ, ਜਿਹੜੀ ਮਰਜ਼ੀ ਤੁਸੀਂ ਇੰਡੀਅਨ ਡਿਸ਼ ਉਰੇ ਔਡਰ ਕਰ ਸਕਦੇ। ਨੈਕਸਟ ਡੇ ਆਪਾਂ ਚੱਲੀਏ ਹੁਣ ਵਿਜ਼ਿਟ ਕਰੀਏ ਕਿਲ੍ਹਿਆਂ ਨੂੰ, ਦੇਖੀਏ ਜਿਹੜੇ ਪੁਰਾਣੇ ਸੀਗੇ ਕਿਲ੍ਹੇ ਉਸ ਟਾਈਮ ਦੇ। ਉਰੇ ਮੈਨੂੰ ਦੱਸਿਆ ਸੀਗਾ ਅਰਲੀ ਮੋਰਨਿੰਗ ਸਨ ਜਦੋਂ ਰੇਜ਼ ਹੁੰਦਾ ਨਾਰਗੜ੍ਹ ਕਿਲ੍ਹੇ ਦੇ ਵਿੱਚ, ਦੇਖਦੇ ਹਾਂ ਉੱਥੇ ਲੋਕ, ਕਾਫੀ ਸੋਹਣਾ ਵਿਊ ਆਉਂਦਾ। ਜੈਗੜ ਫੋਰਟ, ਇਹਦੀ ਵਾਲਸ ਬਹੁਤ ਸੋਹਣੀਆਂ ਨੇ, ਇਹਦੀ ਲੁੱਕ ਬਹੁਤ ਅੱਛੀ ਹੈ, ਉਹ ਓਲਡ ਟਾਈਮ ਤੋਂ ਹੁਣ ਤੱਕ ਇਹਨਾਂ ਨੇ ਸੰਭਾਲ ਰੱਖੀ ਹੋਈ ਹੈ। ਉਰੇ ਲੋਕ ਕਈ ਜਣੇ ਆਉਂਦੇ ਆ, ਰਨਿੰਗ ਵੀ ਕਰਦੇ ਆ ਅਰਲੀ ਮੋਰਨਿੰਗ, ਮੈਂ ਵੀ ਕੀਤੀ ਥੋੜ੍ਹੀ ਜਿਹੀ ਰਨਿੰਗ, ਬਟ ਕੰਫਰਟ ਨਹੀਂ ਰਿਹਾ ਕਿਉਂਕਿ ਮੇਰੇ ਸ਼ੂਜ਼ ਲੈਦਰ ਦੇ ਪਾਏ ਸੀ, ਸਪੋਰਟ ਸ਼ੂਜ਼ ਲਿਆਉਣਾ ਭੁੱਲ ਗਿਆ ਮੇਰੇ ਨਾਲ। ਤੁਸੀਂ ਆਓ ਤਾਂ ਸਪੋਰਟ ਸ਼ੂਜ਼ ਨਾਲ ਲੈ ਕੇ ਆਉਣਾ। ਜਲ ਮਹਿਲ ਦਿਖ ਰਿਹਾ, ਉਰੋਂ ਦੀ ਵਿਊ ਸੋਹਣਾ, ਤੋਪ ਸਭ ਤੋਂ ਵੱਡੀ ਤੋਪ, ਤੁਸੀਂ ਤੋਪ ਨੂੰ ਦੇਖੋਗੇ ਅਤੇ ਸੋਚੋਗੇ ਉਸ ਟਾਈਮ ਕਿੱਦਾਂ ਦੇ ਬੰਦੇ ਹੋਣਗੇ ਐਡੀ ਵੱਡੀ ਤੋਪ ਚਲਾਉਂਦੇ ਹੁੰਦੇ ਸੀਗੇ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਨਾਰਗੜ੍ਹ ਫੋਰਟ, ਇੱਥੋਂ ਸਾਰਾ ਜੈਪੁਰ ਦਾ ਵਿਊ ਆਉਂਦਾ। ਇੱਥੇ ਜਿਹੜੀ ਵਾਲ ਦੇਖ ਰਹੇ ਸੀ ਆਪਾਂ ਪਹਿਲਾਂ, ਉੱਥੇ ਸਾਰੇ ਲੋਕ ਰਨਿੰਗ ਕਰਦੇ ਇਸ ਜਗ੍ਹਾ 'ਤੇ ਅਰਲੀ ਮੋਰਨਿੰਗ। ਇਹ ਸ਼ੂਟ ਦੇ ਵਿੱਚ ਆਇਆ ਹੋਇਆ, ਪਹਿਲਾਂ ਮੂਵੀ ਦੇ ਵਿੱਚ ਇਹਦਾ ਸ਼ੂਟ ਲਿੱਤਾ ਹੋਇਆ। ਇੱਕ ਵਾਰ ਇੱਕ ਬੱਚੇ ਦੀ ਲੱਤ ਵੀ ਟੁੱਟ ਗਈ ਸੀ ਇੱਥੇ ਛਾਲ ਮਾਰ ਕੇ, ਕਿਉਂਕਿ ਪਾਣੀ ਬਹੁਤ ਥੋੜ੍ਹਾ ਸੀ। ਇਹਦੇ ਸਾਰੇ ਅੰਦਰ ਤੁਸੀਂ ਜਗ੍ਹਾ ਵਿਊ ਲਓਗੇ ਤਾਂ ਤੁਹਾਨੂੰ ਪਤਾ ਲੱਗਿਆ ਕਿੱਦਾਂ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਆਪਣੀ ਚੀਜ਼ ਨੂੰ। ਪੰਜਾਬ ਦੇ ਸਾਰੇ ਜਿਹੜੇ ਕਿਲ੍ਹੇ ਆ ਉਹ ਸਾਰੇ ਡੈਮੇਜ ਹੋ ਚੁੱਕੇ ਆ, ਜੰਤਰ ਮੰਤਰ, ਇੱਥੇ ਪੁਰਾਣੇ ਟਾਈਪ ਦੀ ਕੰਪਾਸ ਰੱਖੀ ਹੋਈ ਇੱਥੇ ਟਾਈਮ ਨੂੰ ਸਮੇਂ ਨੂੰ ਦੇਖਣ ਲਈ, ਐਸਟ੍ਰੋਲੋਜਰ ਟਾਈਪ। ਸਿਟੀ ਪੈਲਸ, ਜਲ ਮਹਿਲ, ਜਲ ਮਹਿਲ ਦਾ ਵਿਊ ਵੀ ਬਹੁਤ ਸੋਹਣਾ ਹੈਗਾ, ਵਿਊ ਬਹੁਤ ਸੋਹਣੇ ਆ। ਹੁਣ ਆਪਾਂ ਦੇਖਣ ਜਾ ਰਹੇ ਹਾਂ ਅਮੇਰ ਫੋਰਟ, ਸਭ ਤੋਂ ਵੱਡਾ ਫੋਰਟ ਹੈ, ਇਹਦਾ ਲੁੱਕ ਬਹੁਤ ਹੀ ਪਿਆਰੀ ਹੈ। ਥੱਲੋਂ ਦੀ ਉੱਪਰ ਜਾਣ ਲਈ ਬਹੁਤ ਟਾਈਮ ਲੱਗ ਜਾਂਦਾ, ਬਟ ਤੁਸੀਂ ਸੋਚ ਨਹੀਂ ਸਕਦੇ ਉਸ ਟਾਈਮ ਦੇ ਵਿੱਚ ਕਿੱਦਾਂ ਇਹਨਾਂ ਨੇ ਕੰਸਟਰਕਸ਼ਨ ਕੀਤੀ ਹੋਣੀ। 2 ਪੀੜ੍ਹੀਆਂ ਲੱਗ ਗਈਆਂ ਸੀ ਰਾਜੇ ਦੀਆਂ ਇਸ ਨੂੰ ਬਣਾਉਣ ਦੇ ਵਿੱਚ। ਇਹਦੀ ਕਲਾਕਾਰੀ ਬਹੁਤ ਹੀ ਜ਼ਿਆਦਾ ਸੋਹਣੀ ਆ। ਮੇਰਾ ਮਨ ਹੈ ਵੀ ਮੈਂ ਹਲੇ ਥੋੜ੍ਹੇ ਟਾਈਮ ਹੋਰ ਉਰੇ ਰਵਾਂ ਅਤੇ ਵਿਜ਼ਿਟ ਕਰਾਂ ਰੋਜ਼, ਬਹੁਤ ਹੀ ਅੱਛਾ ਹੈ। ਜੋਧਾ ਅਕਬਰ ਦੀ ਤੁਸੀਂ ਮੂਵੀ ਦੇਖੀ ਹੋਊਗੀ ਇਸੀ ਜਗ੍ਹਾ 'ਤੇ ਆ, ਵਿਊ ਦੇਖੋ ਕਿੰਨਾ ਦੋਸਤੋ ਬਹੁਤ ਹੀ ਸੋਹਣਾ ਵਿਊ ਹੈ, ਤੁਸੀਂ ਲਵ ਕਰੋਗੇ ਇਸ ਜਗ੍ਹਾ ਦੇ ਉੱਤੇ ਆ ਕੇ। ਇਹਦੀ ਕਲਾਕਾਰੀ ਦੇਖੋ ਕਿੱਦਾਂ ਉਸ ਟਾਈਮ ਦੇ ਵਿੱਚ ਕਲਾਕਾਰੀ ਕੀਤੀ ਹੈ, ਵਿਦਆਊਟ ਦੇਖੋ ਕਿੱਦਾਂ ਦੇ ਟੂਲਸ ਹੋਣਗੇ। ਹੁਣ ਤਾਂ ਬਹੁਤ ਹੀ ਜ਼ਿਆਦਾ ਈਜ਼ੀ ਹੋ ਚੁੱਕਿਆ ਹੈ, ਕਿੰਨੇ ਵਧੀਆ ਟੂਲਸ ਆ ਗਏ ਬਣਾਉਣ ਦੇ ਵਿੱਚ। ਇਹਦੀ ਲੁੱਕ ਬਹੁਤ ਸੋਹਣੀ ਹੈ। ਮਿਲਦੇ ਹਾਂ ਦੋਸਤੋ ਨੈਕਸਟ ਵੀਕ ਇੱਕ ਨਵੀਂ ਵੀਡੀਓ ਦੇ ਨਾਲ, ਹੋਪ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਊਗਾ।